ਪਰਮ ਸਤਕਾਰਯੋਗ ਸਾਧ ਸੰਗਤ ਜੀ ਮਨਬੀਰਤੀ ਇੱਕ ਆਗਰ ਕਰ ਲਈਏ ਤੇ ਆਖੀਏ ਤਾਂਸੀਰ ਸਾਧਗੁਰ ਆਮ ਸਿੰਘ ਜੀ ਤਾਂਸੀਰ ਸਾਧਗੁਰ ਪ੍ਰਤਾਪ ਸਿੰਘ ਜੀ ਤਾਂਸੀਰ ਸਾਧਗੁਰ ਜਗਜੀਤ ਸਿੰਘ ਜੀ ਤਾਂਸੀਰ ਸਾਧਗੁਰ ਉਦੇ ਸਿੰਘ ਜੀ ਸਾਧ ਸੰਗਤ ਜੀ ਸਾਧਗੁਰ ਆਮ ਸਿੰਘ ਜੀ ਦਾ ਇਸਤਰੀ ਜਾਤੀ ਉਤੇ ਉਪਕਾਰ ਉਹਦੇ ਬਾਰੇ ਅਸੀਂ ਸਰਵਣ ਕਰਾਂਗੇ ਇਹ ਪੁਸਤਕ ਗਿਆਨੀ ਤੇਜਾ ਸਿੰਘ ਹੋਰਵਾਲੋ ਲਿਖੀ ਗਈ ਹੈ ਤੇ ਉਹ ਸਭ ਤੋਂ ਪਹਿਲੇ ਮਾਈ ਸਾਹਬੋ ਬਾਰੇ ਲਿਖਦੇ ਹਨ ਮਾਈ ਸਾਹਬੋ ਪਤੀ ਦਾ ਨਾਮ ਕਰਮ ਸਿੰਘ ਪਿੰਡ ਪਧਰੀ ਇਹ ਮਾਈ ਸਾਧਗੁਰਾਮ ਸਿੰਘ ਜੀ ਦੀ ਸ਼ਰਨ ਔਨ ਤੋਂ ਪਹਿਲਾਂ ਨਿਰਮਲੇ ਸਾਧੂਆਂ ਦੀ ਸੇਵਕ ਸੀ ਵੇਦਾਂਤ ਦਾ ਚਰਚਾ ਹਮੇਸ਼ਾ ਮੁੱਖ ਰੱਖਦੀ ਤੇ ਚਰਚਾ ਕਰਦੀ ਕਿ ਆਤਮਾ ਨਿਰਲੇਪ ਤੇ ਅਮਰ ਹੈ ਦੇ ਧਾਰੀ ਗੁਰੂ ਦੀ ਕਿ ਲੋੜ ਕਿਉ ਸਤਗੁਰ ਜੀ ਜਵਾਬ ਦਿਆ ਕਰਦੇ ਕਿ ਮਾਈ ਤੇਰੀ ਕਥਨੀ ਹੈ ਕਰਨੀ ਨਹੀਂ ਸਤਗੁਰ ਦੀ ਸ਼ਰਨ ਅਤੇ ਬਖਸ਼ਿਸ਼ ਤੋਂ ਬਗੈਰ ਇਸ ਜਾਗ ਵਿੱਚ ਛੁਟਕਾਰਾ ਨਹੀਂ ਐ ਜੀਵ ਮਾਇਆ ਤੋਂ ਨਹੀਂ ਬਾਤ ਸਕਦਾ ਮਾਈ ਦੇ ਮੰਨਣ ਵਿੱਚ ਨਾ ਆਈ ਸਾਧਗੁਰ ਜੀ ਕਿਹਾ ਕਿ ਵਕਤ ਆਏ ਵਕਤ ਆਏ ਪਰ ਤੇਰੀ ਪ੍ਰੀਖਿਆ ਕਰਾਂਗੇ ਇੱਕ ਵਿਸਾਖ 1900 18 ਬਿਕਰਮੀ ਦੀ ਅਰਧ ਕੁੰਬੀ ਦੇ ਮੇਲੇ ਪਰ ਮਾਈ ਵੀ ਨਾਲ ਸੀ ਸਾਧਗੁਰ amostਾਨੀ ਬਿਰਤੀ ਵਿੱਚ ਹੋ ਕੇ ਮਾਈ ਨੂੰ ਕਿਹਾ ਕਿ ਅੱਜ ਤੇਰੀ ਅਮਰ ਆਤਮਾ ਦੀ ਪ੍ਰੀਖਿਆ ਕਰਨੀ ਹੈ ਕੀ ਬਲਦੀ ਅਗ ਵਿੱਚ ਸੜਦਾ ਹੈ ਜਾਂ ਨਹੀਂ ਮਾਈ ਡਰੀ ਤੇ ਪਛਤਾਈ ਸੱਚੇ ਬਾਸ਼ਾ ਸਿੱਖਾ ਬਾਸੋ ਬਾਲਣ ਇਕੱਠਾ ਕਰਾ ਕੇ ਅੰਗੀਠਾ ਤਿਆਰ ਕਰਵਾਇਆ ਤਾਂ ਮਾਈ ਦੂਰ ਜਾ ਕੇ ਜੰਗਲ ਵਿੱਚ ਲੁਕ ਬੈਠੀ ਸੱਚੇ ਬਾਸ਼ਾ ਸਿੱਖਾ ਨੂੰ ਭੇਜ ਕੇ ਸਾਧ ਲਿਆਂਦੀ ਤਾਂ ਅਰਜ ਕੀਤੀ ਬਾਸ਼ਾ ਜੀ ਮੈਨੂੰ ਬਖਸ਼ ਲੋ ਮੈਂ ਭੁੱਲੀ ਆਪ ਦੀ ਗੱਤ ਨੂੰ ਨਹੀਂ ਸੀ ਜਾਣ ਸਕੀ ਬਾਸ਼ਾ ਜੀ ਕਿਹਾ ਹੁਣ ਬਚਨ ਪੂਰਾ ਕਰਨਾ ਹੈ ਇਹ ਕੰਬਲੀ ਲੈ ਕੇ ਓੜ ਕੇ ਵਿੱਚ ਬੈਠ ਜਾ ਅਗਨੀ ਦੇ ਜਸਾ ਗੁਰ ਰਖਸ਼ਾ ਕਰਨਗੇ ਮਾਈ ਦੇ ਕੁਛੜ ਬੱਚਾ ਸੀ ਬੱਚੇ ਨੂੰ ਬਾਹਰ ਸਿੱਟਣ ਲੱਗੀ ਸੱਚੇ ਬਾષા ਤਾਨਕ ਰੂਪ ਤਾਰਿਆ ਹੋਇਆ ਸੀ ਸਣੇ ਬੱਚੇ ਅੰਗਿੱਠੀ ਵਿੱਚ ਬਿਠਾਲ ਕੇ ਅਗਨੀ ਪ੍ਰਚੰਡ ਕਰਵਾ ਦਿੱਤੀ ਅਗਨੀ ਵਿੱਚ ਬੈਠੀ ਮਾਈ ਕੀ ਦੇਖਦੀ ਹੈ ਕਿ ਲਟਲਟ ਕਰਦੀ ਅਗਨੀ ਮਾਈ ਦੀ ਕੰਬਲੀ ਤੋਂ ਪਰੇ ਰਹਿੰਦੀ ਹੈ ਮਾਈ ਸਾਧਗੁਰਾਂ ਦੇ ਚਰਨਾਂ ਦਾ ਧਿਆਨ ਧਾਰ ਕੇ ਸ਼ਾਂਤ ਚਿਤ ਬੈਠੀ ਰਹੀ ਅੰਗਿੱਠਾ ਜਲ ਕੇ ਕੋਲੇ ਬਣ ਚੁੱਕਾ ਸੀ ਮਾਈ ਨੇ ਕੰਬਲੀ ਝਾੜੀ ਕੋਲੇ ਪਰ ਢੇਗ ਬੈ ਪੌਣ ਪਾਣੀ ਅਗਨੀ ਮੇਰੇ ਸਾਧਗੁਰ ਦੇ ਹੁਕਮ ਵਿੱਚ ਮਾਈ ਅੰਗਿੱਠੇ ਤੋਂ ਬਾਹਰ ਆਈ ਰੋਮ ਤੱਕ ਨਹੀਂ ਸੜਿਆ ਮਾਈ ਦਾ ਅਗਨੀ ਦਾ ਸੇਕ ਤੱਕ ਨਹੀਂ ਪਹੁੰਚਿਆ ਸਭ ਖਲਕਤ ਦੇਖਦੀ ਹੋਈ ਸਾਧਗੁਰਾਂ ਦੀ ਜਹਜਾਕਾਰ ਕਰ ਰਹੀ ਹੈ माई नु भी समझ आ गई कि आत्मा तो अमर है मगर जिस सतगुर का हाथ सिर तो होता हौमे विच दसवें द्वार जाके भी गिर जाएगा मन निर्मल नहीं दसवें द्वार प्रम आवे मुड़ा वारो वार सतगुराना एक कौतक सुन के ਲੋ ਗੜ ਸਾਰਾ ਨਗਰ ਸਿੱਖ ਬਣ ਗਿਆ ਹੋਰ ਸੈਂਕੜੇ ਸਿੱਖ ਚਰਨੀ ਲਗੇ ਸਤਿਗੁਰਾਂ ਦਾ ਜਸ ਦੂਰ ਦੂਰ ਪਹੁੰਚਿਆ ਕਿ ਇਹ ਤਾਂ ਅਨੰਤ ਸ਼ਕਤੀ ਦਾ ਮਾਲਕ ਹੈ ਸ੍ਰੀ ਸਾਗੂ ਪ੍ਰਤਾਪ ਸਿੰਘ ਜੀ ਦੇ ਟੇਪ ਰਿਕਾਰਡ ਉਪਦੇਸ਼ ਉਪਦੇਸ਼ ਵਿੱਚ ਦੱਸਿਆ ਹੈ ਕਿ ਮਾਈ 110 ਦਾ 10 ਸਾਲ ਦੀ ਹੋ ਕੇ ਗੁਜ਼ਰੀ ਉਸ ਦਾ ਲड़का ਲਾਲ ਸਿੰਘ ਜੋ ਮਾਈ ਦੇ ਨਾਲ ਅੰਗਿੱਠੇ ਵਿੱਚ ਬੈਠਾ ਸੀ ਅਜੇ ਵੀ ਹੈ ਮਾਈ ਨੀ ਸਾਰਾ ਕਤਗ ਆਪ ਦਸਿਆ ਅਤੇ ਸਰਦਾ ਨਾਲ ਆਪਣੀ ਹੱਥੀ ਕਪਾ ਚੁਗ ਕੇ ਕੱਤ ਕੇ ਊਣਾ ਕੇ ਖੱਦਰ ਦੇ ਕਪੜੇ ਦਾ ਪੁਸ਼ਾਕਾ ਹੱਥੀ ਸਿਓ ਕੇ ਮੈਨੂੰ ਦਿੱਤਾ ਸੀ ਜੋ ਸਿਮਰਨ ਕਰਦੀ ਨਿ ਤਿਆਰ ਕੀਤਾ ਸੀ ਮੈਂ ਉਸ ਨੂੰ ਪਹਿਨ ਕੇ ਰੋਜ਼ ਨੇਰ ਗੰਡੇ ਤੁਰਦਾ ਹੋਇਆ ਸੁਖਮਣੀ ਸਾਹਿਬ ਦੀਆਂ ਦੋ ਅਸ਼ਟਪਦੀਆਂ ਰੋਜ਼ ਗਾਠ ਕੰਠ ਗਾਰ ਲੈਂਦਾ ਸੀ ਸਾਰਾ ਸੁਖਮਣੀ ਸਾਹਿਬ ਕੰਠ ਕੀਤਾ ਹਰਦੁਆਰ ਦੇ ਮੇਲੇ ਤੋਂ ਬਾਅਦ ਇਸ ਮਾਈ ਨੇ ਸਿਆੜ ਨਗਰ ਸਤਗੁਰ ਰਾਮ ਸਿੰਘ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਖੰਡੇ ਦਾ ਚੱਕਿਆ ਸੀ ਨੋਟ ਹੈ ਕਿ ਸਾਗੂ ਪਰਦਾਸ ਸਿੰਘ ਜੀ ਨੇ 1907 ਈਸਵੀ ਵਿੱਚ ਮਾਈ ਦੀ ਜਵਾਨੀ ਇੱਕ ਆਥਿਕ ਸੁਣਿਆ ਸੀ ਮਾਈ ਦੇ ਪੋਤਰੇ ਹਰਨਾਮ ਸਿੰਘ ਅਦੇਖ ਜਾਨ ਸਿੰਘ ਨਾਮ ਧਾਰੀ ਪੰਥ ਦੇ ਉੱਗੇ ਸਿੱਖ ਹਨ ਸਾਰੇ ਆਖ ਲਈਏ ਤਾਂ ਸੀ ਸਤਿਗੁਰੂ ਰਾਮ ਸਿੰਘ ਜੀ